ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕੌਣ ਕਿਹੜੇ ਪਾਸਿਓਂ ਬੋਲ ਰਿਹਾ। ਕਈ ਵਾਰੀ ਮੈਂ ਜਾਖੜ ਦੀ ਪ੍ਰੈਸ ਕਾਨਫਰੰਸ ਨੂੰ ਕਾਂਗਰਸ ਦੀ ਸਮਝ ਜਾਂਦਾ, ਕਈ ਵਾਰੀ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਖੀ, ਪਤਾ ਕੌਣ ਕਿੱਧਰ ਨੂੰ ਗਿਆ। ਆ ਹੁਣ ਕੱਲ੍ਹ ਪਰਸੋਂ ਕਹਿੰਦੇ ਢੀਂਡਸੇ ਦੀ ਘਰ ਵਾਪਸੀ ਹੋਈ ਹੈ। ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ? ਕਹਿੰਦੇ ਜੀ ਅਕਾਲੀ ਦਲ ਵਾਲੇ ਘਰ 'ਚ ਵਾਪਸੀ ਹੋਈ ਹੈ। ਮੈਂ ਕਿਹਾ ਉਹਨਾਂ ਘਰਾਂ 'ਚ ਤਾਂ ਨਹੀਂ ਵਾਪਸੀ ਹੋਈ ਨਾ ਜਿਹਨਾਂ 'ਚੋਂ ਲੋਕਾਂ ਨੇ ਕੱਢੇ ਨੇ, ਉਹਨਾਂ ਘਰਾਂ 'ਚ ਨਹੀਂ ਵਾਪਸੀ ਹੋ ਸਕਦੀ ਜਿਹਨਾਂ 'ਚੋਂ ਲੋਕਾਂ ਨੇ ਕੱਢੇ ਨੇ। ਆਪਸ 'ਚ ਹੀ ਵਾਪਸੀਆਂ ਕਰ ਲੈਂਦੇ ਆ, 6 ਮਹੀਨੇ ਇੱਧਰ ਨੂੰ ਹੋ ਜਾਂਦੇ, ਬਾਅਦ 'ਚ ਕਹਿੰਦੇ ਘਰ ਵਾਪਸੀ ਹੋ ਗਈ। ਕਰੀ ਜਾਓ, ਚਾਹੇ ਘਰ ਵਾਪਸ ਆਓ ਚਾਹੇ ਭੂਆ ਦੇ ਘਰ ਵਾਪਸ ਆਓ, ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਹਾਨੂੰ ਹੁਣ। ਅੱਛਾ, ਪੰਥ ਬਚਾਉਣਾ ਹੈ ਜੀ, ਹੁਣ ਪਰਿਵਾਰ ਬਚਾਉਣਾ ਹੈ ਜੀ, ਪੰਜਾਬ ਬਚਾਉਣਾ ਜੀ। ਦੱਸੋ, ਕੱਲ੍ਹ ਉੱਥੇ ਸਵਰਗੀ ਪ੍ਰਕਾਸ਼ ਸਿੰਘ ਬਾਦਲ, ਪਰਮਾਤਮਾ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦੇਵੇ, ਸ਼ਰਧਾਂਜਲੀ ਸਮਾਰੋਹ, ਉਹਨਾਂ ਦਾ ਅਸੀਂ 2-3 ਨਾਮ ਮੇਰਾ ਲਈ ਗਏ ਨੇ ਉੱਥੇ। ਇੱਥੋਂ ਹੀ ਪਤਾ ਲੱਗਦਾ ਕਿ ਕਿੰਨੇ ਭਟਕੇ ਹੋਏ ਨੇ। ਸੁਪਨੇ 'ਚ ਵੀ ਆਈ ਜਾਂਦਾ, ਕੇਜਰੀਵਾਲ ਸੁਪਨੇ 'ਚ ਆਈ ਜਾਂਦਾ ਵੀ ਕੀ ਹੋਈ ਜਾਂਦਾ। ਸੋ ਅੱਜ ਫਿਰ ਸ਼ੁਰੂ ਕਰਤੀ ਪਰਿਵਾਰ ਆਪਾਂ ਕੀ ਹੋ, ਪੰਜਾਬ ਬਚਾਓ ਜਾ ਯਾਤਰਾ। ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ, ਥੋੜ੍ਹੇ ਤੋਂ ਬਚਾਇਆ ਸੀ ਬੜੀ ਮੁਸ਼ਕਲ ਨਾਲ ਹੁਣ। ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ, ਇਹ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ, ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ, ਹੋਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ, ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਆਪਦਾ ਪਰਿਵਾਰ, ਪੁੱਤ ਭਤੀਜੇ ਸਾਲੇ ਜੀਜੇ, ਬਸ। ਸੋ ਅਸੀਂ ਪੋਜ਼ਿਟਿਵ ਰਾਜਨੀਤੀ ਕਰ ਰਹੇ ਹਾਂ ਅਤੇ ਇਹ ਸਾਰਾ ਦਿਨ ਗਾਲਾਂ ਕੱਢਣ ਵਾਲੇ ਨੇ ਬਸ। ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕੌਣ ਕਿਹੜੇ ਪਾਸਿਓਂ ਬੋਲ ਰਿਹਾ। ਕਈ ਵਾਰੀ ਮੈਂ ਜਾਖੜ ਦੀ ਪ੍ਰੈਸ ਕਾਨਫਰੰਸ ਨੂੰ ਕਾਂਗਰਸ ਦੀ ਸਮਝ ਜਾਂਦਾ, ਕਈ ਵਾਰੀ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਖੀ, ਪਤਾ ਕੌਣ ਕਿੱਧਰ ਨੂੰ ਗਿਆ। ਆ ਹੁਣ ਕੱਲ੍ਹ ਪਰਸੋਂ ਕਹਿੰਦੇ ਢੀਂਡਸੇ ਦੀ ਘਰ ਵਾਪਸੀ ਹੋਈ ਹੈ। ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ? ਕਹਿੰਦੇ ਜੀ ਅਕਾਲੀ ਦਲ ਵਾਲੇ ਘਰ 'ਚ ਵਾਪਸੀ ਹੋਈ ਹੈ। ਮੈਂ ਕਿਹਾ ਉਹਨਾਂ ਘਰਾਂ 'ਚ ਤਾਂ ਨਹੀਂ ਵਾਪਸੀ ਹੋਈ ਨਾ ਜਿਹਨਾਂ 'ਚੋਂ ਲੋਕਾਂ ਨੇ ਕੱਢੇ ਨੇ, ਉਹਨਾਂ ਘਰਾਂ 'ਚ ਨਹੀਂ ਵਾਪਸੀ ਹੋ ਸਕਦੀ ਜਿਹਨਾਂ 'ਚੋਂ ਲੋਕਾਂ ਨੇ ਕੱਢੇ ਨੇ। ਆਪਸ 'ਚ ਹੀ ਵਾਪਸੀਆਂ ਕਰ ਲੈਂਦੇ ਆ, 6 ਮਹੀਨੇ ਇੱਧਰ ਨੂੰ ਹੋ ਜਾਂਦੇ, ਬਾਅਦ 'ਚ ਕਹਿੰਦੇ ਘਰ ਵਾਪਸੀ ਹੋ ਗਈ। ਕਰੀ ਜਾਓ, ਚਾਹੇ ਘਰ ਵਾਪਸ ਆਓ ਚਾਹੇ ਭੂਆ ਦੇ ਘਰ ਵਾਪਸ ਆਓ, ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਹਾਨੂੰ ਹੁਣ, ਬਹੁਤ ਹੋ ਗਿਆ ਹੁਣ। ਸੋ ਆਪਸ 'ਚ ਹੀ ਲੱਗੇ ਹੋਏ ਨੇ ਹੁਣ ਇੱਧਰ। ਅੱਛਾ, ਪੰਥ ਬਚਾਉਣਾ ਹੈ ਜੀ, ਹੁਣ ਪਰਿਵਾਰ ਬਚਾਉਣਾ ਹੈ ਜੀ, ਪੰਜਾਬ ਬਚਾਉਣਾ ਜੀ। ਦੱਸੋ, ਕੱਲ੍ਹ ਉੱਥੇ ਸਵਰਗੀ ਪ੍ਰਕਾਸ਼ ਸਿੰਘ ਬਾਦਲ, ਪਰਮਾਤਮਾ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦੇਵੇ, ਸ਼ਰਧਾਂਜਲੀ ਸਮਾਰੋਹ, ਉਹਨਾਂ ਦਾ ਅਸੀਂ 2-3 ਨਾਮ ਮੇਰਾ ਲਈ ਗਏ ਨੇ ਉੱਥੇ। ਇੱਥੋਂ ਹੀ ਪਤਾ ਲੱਗਦਾ ਕਿ ਕਿੰਨੇ ਭਟਕੇ ਹੋਏ ਨੇ। ਸੁਪਨੇ 'ਚ ਵੀ ਆਈ ਜਾਂਦਾ, ਕੇਜਰੀਵਾਲ ਸੁਪਨੇ 'ਚ ਆਈ ਜਾਂਦਾ ਵੀ ਕੀ ਹੋਈ ਜਾਂਦਾ। ਸੋ ਅੱਜ ਫਿਰ ਸ਼ੁਰੂ ਕਰਤੀ ਪਰਿਵਾਰ ਆਪਾਂ ਕੀ ਹੋ, ਪੰਜਾਬ ਬਚਾਓ ਜਾ ਯਾਤਰਾ। ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ, ਥੋੜ੍ਹੇ ਤੋਂ ਬਚਾਇਆ ਸੀ ਬੜੀ ਮੁਸ਼ਕਲ ਨਾਲ ਹੁਣ। ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ, ਇਹ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ, ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ, ਹੋਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ, ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਆਪਦਾ ਪਰਿਵਾਰ, ਪੁੱਤ ਭਤੀਜੇ ਸਾਲੇ ਜੀਜੇ, ਬਸ। ਸੋ ਅਸੀਂ ਇਸ ਬਰੋਸ਼ਰ ਦੇ ਵਿੱਚ ਆਪਦੀਆਂ ਪ੍ਰਾਪਤੀਆਂ ਲਿਖੀਆਂ ਨੇ, ਕਿਸ ਤਰ੍ਹਾਂ ਅਸੀਂ ਕੰਮ ਕੀਤੇ ਨੇ, ਅਤੇ ਨਾਲ ਦੂਜੇ ਪਾਸੇ ਉਹ ਵੀ ਲਿਖਿਆ ਕਿ ਕਿਹੜੇ ਕੰਮ ਇਹਨਾਂ ਨੇ ਰੋਕੇ ਨੇ। ਜੇ ਕਿਤੇ ਸਾਡੇ ਕੋਲ ਰਾਜਨੀਤਿਕ ਸ਼ਕਤੀ 13 ਲੋਕ ਸਭਾ ਵਾਲੀ ਹੋਵੇ ਤਾਂ ਅਸੀਂ ਉਹ ਕੰਮ ਵੀ ਅਗਲੇ ਸਾਲ ਇਸੇ ਬਰੋਸ਼ਰ 'ਤੇ ਉਹਨਾਂ ਨੂੰ ਵੀ ਕੀਤੇ ਹੋਏ ਕੰਮਾਂ ਦੇ ਵਿੱਚ ਅਸੀਂ ਸ਼ਾਮਲ ਕਰ ਦਾਂਗੇ, ਕਿਉਂਕਿ ਸਾਡੇ ਕੋਲ ਜਦੋਂ ਇੰਨੀ ਸ਼ਕਤੀ ਹੋਈ ਕਿ ਅਸੀਂ ਹੱਕ ਮੰਗਦੇ ਹੋਈਏ ਲੋਕ ਸਭਾ 'ਚੋਂ। ਮੈਂ ਇਕੱਲਾ ਹੁੰਦਾ ਸੀ ਲੋਕ ਸਭਾ 'ਚ 19 'ਚ, ਤੁਸੀਂ ਦੇਖਿਆ ਮੈਂ ਬਹੁਤ ਸਾਰੇ ਮੰਤਰੀਆਂ ਤੋਂ ਕੰਮ ਕਰਾ ਕੇ ਲਿਆਉਂਦਾ ਸੀ, ਕਿਉਂਕਿ ਇਹ ਜਿਤਾਉਣ ਵਾਸਤੇ ਤਾਂ ਮੈਂ ਲੋਕਾਂ ਨੂੰ ਕਹਿ ਰਿਹਾ ਤੁਸੀਂ 13 ਜਿਤਾ ਦਿਓ, ਪਾਸਵਰਡ ਮੈਨੂੰ ਪਤਾ ਲੋਕ ਸਭਾ ਦੇ ਵੀ ਕਿਵੇਂ ਕੰਮ ਕਰਾਉਣੇ ਹੁੰਦੇ ਨੇ। ਉੱਥੇ ਜਿਹੜਾ ਬੋਲਦਾ ਹੁੰਦਾ ਜ਼ਿਆਦੇ ਉਹਦੇ ਕੰਮ ਕਦੇ ਨਹੀਂ ਰੁਕਦੇ। ਮੈਂ ਹੁਣ ਬੋਲਦਾ ਰਹਿੰਦਾ ਸੀ ਪਾਰਲੀਮੈਂਟ 'ਚ, ਖੁੱਲ੍ਹ ਕੇ ਬੋਲਦਾ ਰਹਿੰਦਾ ਸੀ,
ਅਤੇ ਮੈਂ ਕੋਈ ਕੰਮ ਕਰਾਉਣ ਜਾਂਦਾ ਕਿਸੇ ਮੰਤਰੀ ਕੋਲ ਤਾਂ ਬੀਜੇਪੀ ਵਾਲੇ ਬੈਠੇ ਹੁੰਦੇ ਸੀ ਉੱਥੇ, ਕਿਉਂਕਿ ਮੰਤਰੀ ਬੀਜੇਪੀ ਦਾ ਹੁੰਦਾ ਸੀ, ਉਹ ਪਰਾਂ ਕਰਦਾ ਸੀ ਬੀਜੇਪੀ ਵਾਲਿਆਂ ਨੂੰ, ਪਿੱਛੋਂ ਜੋ ਮਾਨ ਸਾਹਿਬ ਆਪਾਂ ਆ ਗਿਆ ਜੀ ਕਿਆ ਕੰਮ ਹੈ, ਮੈਂ ਕਿਹਾ ਜੀ ਆਹ ਕੰਮ ਹੈ, ਆਹ ਕੰਮ ਕਰਕੇ ਮੇਰੇ ਕੰਨ 'ਚ ਕਹਿੰਦੇ ਸੀ ਲੋਕ ਸਭਾ ਮੈਂ ਥੋੜ੍ਹਾ ਮੇਰਾ ਖਿਆਲ ਰੱਖੀਏਗਾ। ਹੈਂ ਮੈਨੇ ਕਿਹਾ ਕੋਈ ਗੱਲ ਹੀ ਨਹੀਂ ਜੀ, ਮੇਰਾ ਚੁੱਪ ਹੋ ਕੇ ਕੰਮ ਹੁੰਦਾ, ਮੈਨੂੰ ਬੋਲਣ ਦੀ ਲੋੜ ਕੀ ਹੈ ਫਿਰ, ਠੀਕ ਹੈ ਨਾ। ਸੋ ਇਸ ਕਰਕੇ ਮੇਰੇ ਕੋਲ ਪਾਸਵਰਡ ਬਥੇਰੇ ਨੇ ਕਿ ਕੰਮ ਕਿਵੇਂ ਲੈਣਾ, ਕਿਹੜੀ ਵੀ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ ਕੰਮ ਕਿਵੇਂ ਲੈਣਾ। ਲੋਕ ਸਭਾ 'ਚੋਂ ਲੋਕ ਸਭਾ ਦਾ ਮੈਂਬਰ ਚਾਹੇ ਤਾਂ ਉਹ ਕੰਮ ਰੋਕ ਨਹੀਂ ਸਕਦਾ, ਆਪਣੀ ਸਟੇਟ ਵਾਸਤੇ ਬਹੁਤ ਕੁਛ ਲੈ ਕੇ ਆ ਸਕਦਾ। ਸੋ ਆਹ ਬੇਨਤੀਆਂ ਕਰਨ ਵਾਸਤੇ ਆਇਆ ਮੈਂ। ਫਿਰ ਇਹੀ ਗੱਲ ਕਰਦਾ ਕਿ ਕੇਜਰੀਵਾਲ ਸਾਹਿਬ ਨੇ ਪਹਿਲਾਂ, ਅੱਜ ਤੋਂ ਲਗਭਗ 2 ਸਾਲ ਪਹਿਲਾਂ, ਅੱਜ 11 ਮਾਰਚ ਹੈ, ਕੱਲ੍ਹ ਦੇ ਦਿਨ ਰਿਜ਼ਲਟ ਆਏ ਸੀ, ਕੱਲ੍ਹ ਦੇ ਦਿਨ 92 ਇਹੋ ਜਿਹੇ ਵਿਧਾਇਕ ਚੁਣੇ ਗਏ ਸੀ ਲੋਕਾਂ ਦੁਆਰਾ, ਜਿਨ੍ਹਾਂ ਨੂੰ 67,000 ਅਤੇ ਜਿਨ੍ਹਾਂ ਨੇ ਬੜੇ ਬੜੇ ਕਿਲੇ ਢਾਹੇ ਸੀ। ਕੱਲ੍ਹ ਦੇ ਦਿਨ ਹਜੇ 5 ਦਿਨ ਰਹਿੰਦੇ ਨੇ, 16 ਤਰੀਕ ਨੂੰ ਸਹੁੰ ਚੁੱਕੀ ਸੀ, ਉਸ ਵੇਲੇ ਵੀ ਕੇਜਰੀਵਾਲ ਸਾਹਿਬ ਨੇ ਇਸੇ ਮੰਚ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ, ਮੇਰੇ 'ਤੇ ਯਕੀਨ ਕੀਤਾ ਸੀ। ਸੋ ਮੈਂ ਜੇ ਕਹਾਂ ਕਿ ਪਾਰਟੀ ਦਾ ਮੈਂ ਕੋਈ ਬਹੁਤਾ ਵੱਡਾ ਲੀਡਰ ਹਾਂ ਜਾਂ ਕੋਈ, ਮੈਂ ਕੁਛ ਨਹੀਂ, ਮੈਂ ਸਿਪਾਹੀ ਹਾਂ, ਮੈਂ ਪੰਜਾਬ ਪ੍ਰਤੀ ਵਫਾਦਾਰ ਹਾਂ, ਮੇਰੀ ਧੜਕ ਹਰ ਧੜਕਣ 'ਚ ਪੰਜਾਬ ਹੈ। ਜੇ ਕੋਈ ਵਿਸ਼ਵਾਸ ਮੇਰੇ 'ਤੇ ਕੀਤਾ ਜਾਂਦਾ, ਡਿਊਟੀ ਮੇਰੀ ਲਾਈ ਜਾਂਦੀ ਹੈ, ਮੈਂ ਉਹ ਤਨਦੇਹੀ ਨਾਲ ਨਿਭਾਉਣਾ। ਕੈਪਟਨ ਸਾਡੇ ਕੇਜਰੀਵਾਲ ਸਾਹਿਬ ਨੇ ਇਹ ਫੈਸਲਾ ਉਹਨਾਂ ਨੇ ਕਰਨਾ ਹੈ ਕਿਹਨੇ ਕਿੰਨੇ ਨੰਬਰ 'ਤੇ ਬੈਟਿੰਗ ਕਰਨੀ ਹੈ, ਕਿਹਨੇ ਕਿੱਥੇ ਫੀਲਡਿੰਗ ਕਰਨੀ ਹੈ। ਸਾਡਾ ਮਕਸਦ ਹੈ ਮੈਚ ਜਿੱਤਿਆ ਜਾਵੇ, ਔਰ ਮੈਨ ਆਫ ਦਾ ਮੈਚ ਸਾਡੇ ਕੇਜਰੀਵਾਲ ਰਹਿਣ, ਅਤੇ ਅਸੀਂ ਮੈਚ ਜਿੱਤੀਏ, ਸੀਰੀਜ਼ ਵੀ ਜਿੱਤੀਏ, ਜੋ ਸਾਡੇ ਡਿਊਟੀ ਲਾਈ ਜਾਊਗੀ ਉਹ ਜਿੱਤੀਏ। ਸੋ ਮੈਂ ਤਾਂ ਜੇ ਕਈ ਜਨਮ ਲੱਗ ਸਕਦੇ ਨੇ ਜੇ ਮੈਂ ਇਹਨਾਂ ਦਾ ਸ਼ੁਕਰੀਆ ਕਰਾਂ ਕਿ ਜੋ ਜ਼ਿੰਮੇਵਾਰੀ ਮੇਰੇ ਵਰਗੇ ਨੂੰ ਦਿੱਤੀ, ਕਾਮ ਘਰਾਂ 'ਚ ਉੱਠੇ ਹੋਏ ਜਵਾਕ ਨੂੰ, ਅਤੇ ਅਸੀਂ ਨਿਭਾਈ ਮਿਲ ਕੇ, ਇੱਕ ਟੀਮ ਵਰਕ ਦੇ ਤੌਰ 'ਤੇ ਅਸੀਂ ਕੰਮ ਕਰਦੇ ਹਾਂ। ਮੈਂ ਧੰਨਵਾਦੀ ਸਾਡੇ ਸਾਰੇ MLA ਸਾਹਿਬਾਨ ਦਾ, ਚੇਅਰਮੈਨ ਸਾਹਿਬਾਨਾਂ ਦਾ, ਇਹ ਹਾਂ ਕਿ 2 ਸਾਲਾਂ 'ਚ ਸਾਡੀ ਪਾਰਟੀ 'ਚ ਕਦੇ ਕੋਈ ਤੂੰ ਨਹੀਂ ਡਿਸਿਪਲਨ ਬ੍ਰੇਕ ਨਹੀਂ ਹੁੰਦਾ ਦੇਖਿਆ ਹੋਊਗਾ ਕਿ ਕੋਈ ਕਿਸੇ ਨੇ ਕੋਈ ਕੁਛ ਬੋਲਤਾ, ਕਿਸੇ ਨੇ ਕੁਛ ਬੋਲਤਾ, ਅਤੇ ਇੱਧਰ ਦੂਜੀਆਂ ਪਾਰਟੀਆਂ 'ਚ ਕਦੇ ਡਿਸਿਪਲਨ ਨਹੀਂ ਦੇਖਿਆ ਹੋਊਗਾ। ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ, ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ, ਉਹ ਕਹਿੰਦਾ ਉਹ ਉੱਧਰ ਕਿਉਂ ਗਿਆ, ਉਹ ਕਹਿੰਦਾ ਇਹਨੇ ਬੰਦੇ ਇਕੱਠੇ ਕਰ ਲਏ, ਇਹਨੂੰ ਕੱਢ ਦਿਉ ਪਾਰਟੀ 'ਚੋਂ, ਉਹ ਦੂਜਾ ਉੱਥੇ ਜਾ ਵੜਦਾ ਦਿੱਲੀ, ਕੋਈ ਦਿੱਲੀ ਕਿਸੇ ਨਾਲ ਫੋਟੋ ਖਿਚਾ ਕੇ ਆ ਜਾਂਦਾ, ਮੈਂ ਇੱਧਰ ਲਾਂ। ਸੋ ਉਹਨਾਂ ਦਾ ਤਾਂ ਹਜੇ ਆਪ ਨਹੀਂ ਪਤਾ ਲੱਗ ਰਿਹਾ ਉਹ ਕਿੱਧਰਲੇ ਨੇ। ਸੋ ਅਸੀਂ ਤਾਂ ਭਾਈ ਪੰਜਾਬ ਵਾਲੇ ਪਾਸੇ ਹਾਂ। ਸੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ, ਅੱਜ ਮੈਂ ਸੋਚ ਰਿਹਾ ਸੀ ਆਉਂਦਾ ਆਉਂਦਾ ਕਿ ਕਦੇ ਸੋਚਿਆ ਨਹੀਂ ਸੀ ਕਿ ਇਹ ਕੋਈ ਨਾਰਾ ਮੇਰੇ ਨਾਂ 'ਤੇ ਵੀ ਬਣੂਗਾ, ਜਿਹਦੇ 'ਚ ਪੰਜਾਬ ਦੇ ਬਿਹਤਰੀ ਵਾਸਤੇ, ਪੰਜਾਬ ਦੀ ਖੁਸ਼ਹਾਲੀ ਵਾਸਤੇ ਜਿਹਦੇ 'ਚ ਜ਼ਿਕਰ ਹੋਊਗਾ। ਸੋ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਾਰਟੀ ਦਾ, PAC ਦਾ, ਔਰ ਜਿਨ੍ਹਾਂ ਨੇ ਫੈਸਲਾ ਕਰਕੇ ਮੇਰੀ ਜ਼ਿੰਮੇਵਾਰੀ ਲਾਈ ਹੈ। ਔਰ ਮੈਂ ਇੱਕ ਵਾਅਦਾ ਸਭ ਕਰੋੜਾਂ ਜਨਤਾ ਦੇ ਸਾਹਮਣੇ ਵੀ ਕਰਦਾ ਕਿ ਮੈਂ ਆਪਣੇ ਵੱਲੋਂ ਕੋਈ ਮਿਹਨਤ 'ਚ ਕਮੀ ਨਹੀਂ ਛੱਡਦਾ। ਮਿਹਨਤ ਵਾਲੇ ਪਾਸੇ ਤਾਂ ਸਾਨੂੰ ਹਰਾ ਹੀ ਨਹੀਂ ਸਕਦੇ। ਸਾਡੇ ਤਾਂ ਜਦੋਂ ਰੋਡ ਸ਼ੋਅ ਕਰਨ ਲੱਗਦੇ ਹਾਂ 10 ਵਜੇ ਤੱਕ, ਰਾਤ ਦੇ 10 ਵਜੇ ਤੱਕ ਸਪੀਕਰ ਅਲਾਊਡ ਹੁੰਦਾ, 9:58 'ਤੇ ਸਪੀਕਰ ਬੰਦ ਕਰਦੇ ਹਾਂ, ਫਿਰ ਉਹ ਤੋਂ ਬਾਅਦ ਲੋਕਾਂ ਨੂੰ ਮਿਲਦੇ ਹਾਂ, ਅਤੇ ਫਿਰ ਘਰ ਜਾਂਦੇ ਹਾਂ ਜਾਂ ਜਿੱਥੇ ਵੀ ਰਹਿਣਾ ਹੁੰਦਾ ਉਦੋਂ ਤੱਕ ਤਾਂ ਇਹ ਸੁੱਤੇ ਪਏ ਹੁੰਦੇ ਨੇ। ਇਹਨਾਂ ਨੂੰ ਕੀ ਪਤਾ ਹੈ ਕਿ ਲੋਕਾਂ ਕੋਲ ਕਦੋਂ ਚਾਹੀਦਾ ਹੁੰਦਾ। ਸੋ ਇਸ ਕਰਕੇ ਇਹ ਰਾਜੇ ਮਹਾਰਾਜੇ ਨੇ, ਇਹਨਾਂ ਦੇ ਰਹਿਣ ਸਹਿਣ ਬਹੁਤ ਸ਼ਾਹੀ ਠਾਠਾਂ ਬਾਠਾਂ ਨੇ, ਇਹਨਾਂ ਤੋਂ ਖੈੜਾ ਛਡਾਈਏ। ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ,
ਜਾਂ ਨਾ ਲਾਵੇ। ਲੋਕਤੰਤਰ 'ਚ ਮਾਲਕ ਲੋਕ ਨੇ ਅਤੇ ਉਮੀਦ ਹੈ ਕਿ ਲੋਕ ਮਾਲਕ ਬਣ ਕੇ ਸਾਡੇ ਇਸ ਮਿਹਨਤ ਨੂੰ ਫਲ ਫੁੱਲ ਜ਼ਰੂਰ ਲਾਉਣਗੇ। ਇੱਕ ਵਾਰੀ ਫਿਰ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੀ ਧਰਤੀ 'ਤੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ। ਇਸ ਤੋਂ ਬਾਅਦ ਪਟਿਆਲੇ ਜਾਵਾਂਗੇ, ਵਪਾਰੀਆਂ ਨੂੰ ਮਿਲਾਂਗੇ। ਕੱਲ੍ਹ ਨੂੰ ਮੈਂ ਹੁਸ਼ਿਆਰਪੁਰ ਜਾਊਂਗਾ, ਮੋਗੇ ਜਾਊਂਗਾ, ਵਪਾਰੀਆਂ ਨਾਲ ਛੋਟੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਾਂਗੇ, ਫਿਰ ਪਿੰਡਾਂ 'ਚ ਜਾਵਾਂਗੇ ਜਿੱਥੇ ਡਿਊਟੀ ਲੱਗੂ ਜਾਵਾਂਗੇ। ਪਰ ਹਾਂ, ਵੋਟ ਆਪਦੇ ਪਰਿਵਾਰ ਵਾਸਤੇ ਨਹੀਂ ਮੰਗਾਂਗੇ, ਪੂਰੇ ਪੰਜਾਬ ਦੀ ਬਿਹਤਰੀ ਵਾਸਤੇ ਵੋਟ ਮੰਗਾਂਗੇ। ਕਿਉਂਕਿ ਪੈਸੇ ਕਮਾਉਣ ਵਾਲੇ ਕੰਮ ਤਾਂ ਅਸੀਂ ਛੱਡੀ ਫਿਰਦੇ ਹਾਂ, ਅਸੀਂ ਛੱਡੀ ਫਿਰਦੇ ਹਾਂ, ਅਸੀਂ ਤਾਂ ਪੰਜਾਬ ਕਮਾਉਣਾ।